ਆ ਹੈਗਾ ਜੀ ਮੇਨ ਜਰਮਨ ਤੇ ਆ ਆ ਗਿਆ ਜੀ ਆਪਾਂ ਹਾਲੈਂਡ ਦੇ ਵਿੱਚ ਤੇ ਆ ਹੈਗਾ ਜੀ ਬੈਲਜੀਅਮ ਉਹ ਪੁਆਇੰਟ ਤੇ ਫੜਦਾ ਤਿੰਨੇ ਕੰਟਰੀਆਂ 'ਚ ਖੜਾ ਤੋਂ ਸਾਹਮਣੇ ਇੱਕ ਪੁਆਇੰਟ ਆ ਜਿੱਥੇ ਸਾਰੇ ਗੋਰੇ ਮਤਲਬ ਬਹੁਤ ਦੂਰੋਂ ਦੂਰੋਂ ਲੋਕੀ ਫੋਟੋ ਕਰਾਉਣ ਆਉਂਦੇ ਆ ਤੇ ਤਿੰਨਾਂ ਕੰਟਰੀਆਂ ਦੇ ਆਪਾਂ ਪਿੱਛੇ ਬੁਲਾਇਆ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਦੇਖਿਆ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਹੈਗਾ ਜੀ ਜਰਮਨ ਦੇ ਵਿੱਚ ਤੇ ਅੱਜ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚੱਲਦੇ ਹਾਂ ਜੀ ਜਿੱਥੇ ਤਿੰਨ ਦੇਸ਼ਾਂ ਦੇ ਬਾਰਡਰ ਜਿੱਥੇ ਤਿੰਨ ਕੰਟਰੀਆਂ ਦੇ ਬਾਰਡਰ ਇੱਕ ਜਗ੍ਹਾ ਤੇ ਆ ਕੇ ਇਕੱਠੇ ਹੁੰਦੇ ਆ ਯਾਨੀ ਕਿ ਜਿੱਥੇ ਤਿੰਨ ਦੇਸ਼ਾਂ ਦੀ ਧਰਤੀ ਇੱਕ ਦੂਜੇ ਨੂੰ ਟੱਚ ਕਰਦੀ ਹੈ ਤੇ ਇੱਥੋਂ ਜਰਮਨ ਤੋਂ ਆਪਾਂ ਜਾਣਾ ਜੀ ਹਾਲੈਂਡ ਹਾਲੈਂਡ ਦੇ ਵਿੱਚ ਉਹ ਇੱਕ ਸ਼ਹਿਰ ਆ ਜਿੱਥੇ ਤਿੰਨ ਦੇਸ਼ਾਂ ਦੇ ਬਾਰਡਰ ਇੱਕੋ ਜਗ੍ਹਾ ਤੇ ਇਕੱਠੇ ਹੁੰਦੇ ਆ ਤੇ ਕੈਮਰਾ ਆਪਾਂ ਬਾਹਰਲੀ ਸਾਈਡ ਨੂੰ ਰੱਖਾਂਗੇ ਕਿਉਂਕਿ ਬਾਹਰਲੀ ਸਾਈਡ ਦਾ ਵਿਊ ਬਹੁਤ ਸੋਹਣਾ ਤੇ ਤੁਸੀਂ ਬਾਹਰਲਾ ਵਿਊ ਦੇਖੋ ਤੇ ਜਰਮਨ ਦੇ ਬਾਰੇ ਹੋਰ ਜਾਣਕਾਰੀ ਆਪਾਂ ਲੈਂਦੇ ਹਾਂ ਚਾਚਾ ਜੀ ਤੋਂ ਕੋਈ ਗੱਲਬਾਤ ਸੁਣਦੇ ਹਾਂ ਜਦ ਤੱਕ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਉਸ ਜਗ੍ਹਾ ਤੇ ਜਿੱਥੇ ਤਿੰਨਾਂ ਦੇਸ਼ਾਂ ਦੇ ਬਾਰਡਰ ਇੱਕ ਥਾਂ ਤੇ ਤੇ ਅੱਜ ਜਰਮਨ ਦੇ ਵਿੱਚ ਹੈਗਾ ਜੀ ਮੇਰਾ ਆਖਰੀ ਦਿਨ ਤੇ ਇਸ ਤੋਂ ਬਾਅਦ ਮੈਂ ਚਲੇ ਜਾਣਾ ਇੰਗਲੈਂਡ ਨੂੰ ਇੰਗਲੈਂਡ ਨੂੰ ਇਸ ਵਾਰ ਮੈਂ ਫਲਾਈਟ ਨਹੀਂ ਬੁੱਕ ਕੀਤੀ ਇਸ ਵਾਰ ਮੈਂ ਜਾਊਂਗਾ ਜੀ ਯੂਰੋ ਟਨਲ ਦੇ ਵਿੱਚ ਹੀ ਤੇ ਇੱਥੋਂ ਫਲਿਕਸ ਬੱਸ ਦੇ ਵਿੱਚ ਜਾਣਾ ਜਰਮਨ ਤੋਂ ਆਖਨ ਸ਼ਹਿਰ ਤੋਂ ਤੇ ਜਿਹੜੀ ਯੂਰੋ ਟਨਲ ਦੇ ਵਿੱਚ ਹੀ ਜਿਹੜੀ ਸਮੁੰਦਰ ਦੇ ਥੱਲੇ ਦੀ ਟ੍ਰੇਨ ਚੱਲਦੀ ਆ ਉਹ ਵੀ ਵੀਡੀਓ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਸਾਈਡ ਤੇ ਜਰਮਨ ਦੇ ਜਿੱਦਾਂ ਇਹ ਲੱਗ ਗਿਆ ਹਾਲੈਂਡ ਲੱਗ ਗਿਆ ਹਨਾ ਜਾਂ ਬੈਲਜੀਅਮ ਲੱਗ ਗਿਆ ਹੋਰ ਫਿਰ ਹੋਰ ਦੂਜੇ ਪਾਸੇ ਨੂੰ ਹੋਰ ਕਿੱਧਰ ਨੂੰ ਕਿਹੜੀ ਕਿਹੜੀ ਕੰਟਰੀ ਨਾਲ ਲੱਗ ਜਾਂਦੀ ਹੈ ਜੀ ਇਹਦੇ ਨਾਲ ਸਵਿਟਜ਼ਰਲੈਂਡ ਵੀ ਲੱਗਦਾ ਅੱਛਾ ਸਵਿਟਜ਼ਰਲੈਂਡ ਲੱਗ ਜਾਂਦਾ ਤੇ ਪੋਲੈਂਡ ਵੀ ਲੱਗਦਾ ਅੱਛਾ ਪੋਲੈਂਡ ਵੀ ਨਾਲ ਲੱਗ ਜਾਂਦਾ ਫਰਾਂਸ ਵੀ ਲੱਗਦਾ ਅੱਛਾ ਜੀ ਹਾਂ ਸਹੀ ਆ ਸਹੀ ਆ ਮਤਲਬ ਇਹ ਸੈਂਟਰ ਜਾ ਇਹਦੇ ਵਿੱਚ ਆ ਅਸੀਂ ਬਿਲਕੁਲ ਇੱਥੇ ਐਂਡ ਤੇ ਆ ਗਏ ਆ ਅੱਛਾ ਇਹ ਯੂਰਪ ਦਾ ਐਂਡ ਆ ਇੱਧਰ ਨਹੀਂ ਯੂਰਪ ਦਾ ਨਹੀਂ ਜਰਮਨ ਦਾ ਐਂਡ ਆ ਅੱਛਾ ਜਰਮਨ ਦਾ ਐਂਡ ਆ ਹਾਂ ਮਤਲਬ ਇੱਧਰ ਹਾਲੈਂਡ ਵਾਲੀ ਸਾਈਡ ਨੂੰ ਹੁਣ ਆਪਾਂ ਜਾਂਦੇ ਪਏ ਆ ਜਿੱਦਾਂ ਹੁਣ ਇੱਧਰ ਜਿੱਦਾਂ ਹੁਣ ਇੱਧਰ ਆ ਗਿਆ ਮੰਨ ਲਓ ਹਾਲੈਂਡ ਆ ਜਿੱਦਾਂ ਹਨਾ ਸਾਹਮਣੇ ਤੇ ਜਿੱਦਾਂ ਹੁਣ ਬੈਕ ਸਾਈਡ ਤੇ ਇੱਧਰ ਨੂੰ ਆਪਾਂ ਪਿੱਛੇ ਨੂੰ ਜਾਣਾ ਹੋਵੇ ਦੂਸਰੀ ਦਿਸ਼ਾ 'ਚ ਹੋਰ ਕਿ ਇੱਧਰ ਕਿਹੜੀ ਕੰਟਰੀ ਲੈ ਜਾਂਦੀ ਮਤਲਬ ਅਸੀਂ ਜਾਈਏ ਹੈਗਾ ਤਾਂ ਜ਼ਿਆਦਾ ਪੈ ਜਾਂਦਾ ਇੱਧਰ ਪੋਲੈਂਡ ਨੂੰ ਜਾ ਹੋ ਜਾਂਦਾ ਅੱਛਾ ਜੀ ਤੇ ਫਿਰ ਅਸੀਂ ਜੇ ਫ੍ਰੈਂਕਫੋਰਟ ਤੋਂ ਅੱਗੇ ਜਾਈਏ ਆਸਟਰੀਆ ਲੱਗ ਜਾਂਦਾ ਅੱਛਾ ਆਸਟਰੀਆ ਤੇ ਇੱਧਰਲੇ ਪਾਸੇ ਸਟੁਟਗਾਰਟ ਨੂੰ ਜਾਈਏ ਉੱਥੇ ਸਵਿਟਜ਼ਰਲੈਂਡ ਲੱਗ ਜਾਂਦਾ ਠੀਕ ਆ ਤੇ ਹੈਮਬਰਗਨ ਨੂੰ ਜਾਈਏ ਇੱਧਰਲੇ ਪਾਸੇ ਡੈਨਮਾਰਕ ਲੱਗ ਜਾਂਦਾ ਉਹ ਠੀਕ ਆ ਡੈਨਮਾਰਕ ਵੀ ਲੱਗ ਜਾਂਦਾ ਤੇ ਫਰਾਂਸ ਵੀ ਲੱਗ ਜਾਂਦਾ ਨਾਲ ਉੱਧਰਲੇ ਪਾਸੇ ਸਹੀ ਆ ਸਹੀ ਆ ਤੇ ਜੇ ਸਪੇਨ ਨੂੰ ਜਾਣਾ ਹੋਵੇ ਦੁਬਈ ਰੋਡ ਉਹ ਵੀ ਜਾ ਹੋ ਜਾਂਦਾ ਉਹ ਵੀ ਇੱਧਰ ਜਾ ਹੁੰਦਾ ਬਾਇ ਫਰਾਂਸ ਅੱਛਾ ਬਾਇ ਫਰਾਂਸ ਇਹਨੂੰ ਕਹਿੰਦੇ ਆ ਯੂਰਪ ਪਲੱਸ ਯੂਰਪ ਦਾ ਇਹਦੀ ਬਣਾਈ ਇਹ ਜਿਹੜਾ ਇਹ ਜਿਹੜੇ ਘਰ ਆ ਹਾਂਜੀ ਇਹ 1000 15 ਯੂਰੋ ਦਾ ਹੀ ਤੇ ਘਰ ਆ ਇੱਕ ਮਿੰਟ ਐਸੇ ਗੱਲ ਵੀ ਆਈ ਪੀ ਇਹ ਘਰ ਤੇ ਕਿੰਨੇ ਦਾ ਕਿੰਨੇ ਦਾ 15000 ਦਾ 1500 ਯੂਰੋ ਦਾ ਇੱਕ ਘਰ ਇੱਕ ਰੈਂਟ ਤੇ ਰੈਂਟ ਹਾਂ 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 ਆ ਦੇ ਲੈ ਤਾਂ ਸਹੀ ਹੈ ਜੀ ਸਹੀ ਹੈ ਸਾਰੀਆਂ ਕੰਟਰੀਆਂ ਦੇ ਝੰਡੇ ਲੱਗੇ ਲੱਗਦੇ ਆ ਸਾਰੇ ਕੰਟਰੀਆਂ ਦੇ ਤਾਂ ਇਹ ਯੂਰਪ ਪਲੱਸ ਕਹਿੰਦੇ ਆ ਵੀ ਕਿਦਾਂ ਸਾਰੇ ਦਰਖਤ ਆ ਉਹ ਤਾਂ ਛੱਡਿਆ ਨਹੀਂ ਹੈਗਾ ਸਹੀ ਗੱਲ ਹੈ ਇੱਥੇ ਦਰਖਤਾਂ ਕਰਕੇ ਇਹਨੂੰ ਗ੍ਰੀਨਰੀ ਵੀ ਤਾਂ ਹੀ ਹੈ ਤੇ ਜਿਹੜਾ ਮੀਂਹ ਵੱਜਦਾ ਉਹ ਵੀ ਤਾਂ ਹੀ ਹੈ ਦੇਖ ਲਓ ਵੀ ਇੱਥੇ ਹੁਣ ਫਸਲ ਲਗਾਉਣ ਲਈ ਮੈਨੂੰ ਕਿਸੇ ਨੂੰ ਪਾਣੀ ਨਹੀਂ ਲਾਉਣਾ ਪੈਂਦਾ ਹਨਾ ਮੀਂਹ ਦੇ ਪਾਣੀ ਨਾਲੇ ਸਰੀ ਜਾਂਦਾ ਮੀਂਹ ਦੇ ਪਾਣੀ ਨਾਲ ਆਪਣੇ ਬੰਦੇ
ਦਰਖਤਾਂ ਨੂੰ ਵੱਢੀ ਜਾਂਦੇ ਉੱਥੇ ਦਰਖਤ ਲਾਉਂਦੇ ਨਹੀਂ ਆ ਆ ਹੁਣ ਕਿੰਨੇ ਦਰਖਤ ਅੱਗਾਂ ਲਾ ਲਾ ਕਿੰਨੇ ਦਰਖਤ ਜਾਲੇ ਹੁਣ ਇੱਥੇ ਤੁਸੀਂ ਇੱਕ ਹੋਰ ਚੀਜ਼ ਆ ਹਾਂਜੀ ਅਕਤੂਬਰ ਤੋਂ ਬਾਅਦ ਮਾਰਚ ਵਿੱਚ ਹਾਂਜੀ ਅਕਤੂਬਰ ਤੋਂ ਮਾਰਚ ਤੱਕ ਤੁਸੀਂ ਦਰਖਤ ਵੱਢ ਸਕਦੇ ਹੋ ਉਦੋਂ ਪਹਿਲਾਂ ਨਹੀਂ ਵੱਢ ਸਕਦੇ ਕਿਉਂ ਕਿਉਂ ਜਿਹੜੇ ਪੰਛੀ ਆ ਉਹਨਾਂ ਨੇ ਬੱਚੇ ਦਿੱਤੇ ਆਂਡੇ ਦਿੱਤੇ ਆ ਉਹਨਾਂ ਨੇ ਅੱਛਾ ਜੇ ਏਦਾਂ ਕੋਈ ਦਰਖਤ ਵੱਢਣਾ ਵੀ ਆ ਤੁਸੀਂ ਆਪਣੇ ਘਰ ਘੁਰ ਦੇ ਵਿੱਚ ਤਾਂ ਉਹ ਵੀ ਤੁਸੀਂ ਵੱਢ ਨਹੀਂ ਸਕਦੇ ਉਹ ਵੀ ਵੱਢ ਨਹੀਂ ਸਕਦੇ ਅਕਤੂਬਰ ਤੋਂ ਮਾਰਚ ਤੱਕ ਨਹੀਂ ਵੱਢ ਸਕਦੇ ਨਹੀਂ ਅਕਤੂਬਰ ਤੋਂ ਮਾਰਚ ਤੱਕ ਵੱਢ ਸਕਦੇ ਅਕਤੂਬਰ ਤੋਂ ਮਾਰਚ ਤੱਕ ਵੱਢ ਸਕਦੇ ਹਾਂ ਗਰਮੀਆਂ ਦੇ ਵਿੱਚ ਨਹੀਂ ਉਹ ਸਹੀ ਹੈ ਸਹੀ ਹਾਂ ਗਰਮੀਆਂ ਨੂੰ ਕਿਉਂਕਿ ਜ਼ਿਆਦਾਤਰ ਆਂਡੇ ਦਿੱਤੇ ਹੁੰਦੇ ਪੰਛੀਆਂ ਨੇ ਹਾਂ ਸੜਕ ਬਣ ਤੋਂ ਪਹਿਲਾਂ ਦਰਖਤ ਲਾ ਦਿੰਦੇ ਆ ਸਹੀ ਆ ਜੀ ਸਹੀ ਆ ਸਾਡੇ ਹੁਣ ਗੜ੍ਹ ਸ਼ੰਕਰ ਵਾਲੀ ਸੜਕ ਉਹਨੂੰ ਪੱਟੀ ਨੂੰ ਚਾਰ ਮਹੀਨੇ ਹੋ ਗਏ ਗੜ ਸ਼ੰਕਰ ਲੈ ਕੇ ਕਿਤਨੇ ਤੱਕ ਬੱਟਾ ਪਾ ਕੇ ਸੁੱਟਿਆ ਸੀ ਹੁਣ ਭਾਵੇਂ ਲੁੱਕ ਪੈ ਗਈ ਹੋਵੇ ਮੈਂ ਜਦ ਗਿਆ ਜਿੱਦਾਂ ਸੀ ਇਧਰਲੇ ਪਾਸੇ ਸਾਰਾ ਹਸਪੀਟਲ ਹੈ ਆਹ ਵੀ ਸਾਰਾ ਉਹਨਾਂ ਦਾ ਅੱਛਾ ਜੀ ਯੂਨੀਵਰਸਿਟੀ ਹੈ ਸਾਰੀ ਇਹ ਸਹੀ ਆ ਜੀ ਸਹੀ ਆ ਉੱਥੇ ਚਾਰ ਚਾਰ ਮਹੀਨੇ ਸੜ ਕੇ ਪੱਟ ਕੇ ਸੈੱਟ ਰੱਖਦੇ ਆ ਅਗਰ ਟਾਈਮ ਦਿੰਦੇ ਆ ਇੰਨੇ ਟਾਈਮ ਤੁਸੀਂ ਬਣਾ ਕੇ ਇੱਥੇ ਆਪਣਾ ਸਮਾਨ ਚੱਕ ਲੈਣਾ ਅੱਛਾ ਕਿਲੋਮੀਟਰ ਨੂੰ ਏਦਾਂ ਲਿਖਦੇ ਹਜ਼ਾਰ ਮੀਟਰ ਲਿਖਿਆ ਇਹਨਾਂ ਨੇ ਕਿਲੋਮੀਟਰ ਨੂੰ ਸਹੀ ਹੈ ਜੀ ਸਹੀ ਹੈ ਅੱਛਾ ਆਹ ਹੋਲੈਂਡ ਇੱਥੋਂ ਹਜ਼ਾਰ ਮੀਟਰ ਹੈਗਾ ਇੱਕ ਚੀਜ਼ ਮੈਂ ਦੇਖੀ ਜਿੱਦਾਂ ਨਾ ਹੋਲੈਂਡ ਦੇ ਜਿਹੜੇ ਉੱਥੇ ਜਦੋਂ ਹੋਲੈਂਡ ਦੇ ਲੋਕੀ ਦੇਖੇ ਆ ਚਲੋ ਇੱਥੇ ਤਾਂ ਮੌਕਾ ਹੀ ਨਹੀਂ ਮਿਲਿਆ ਆਪਾਂ ਬਾਹਰ ਕਿਤੇ ਜਾਣ ਦਾ ਤੇ ਉਹ ਮੈਂ ਦੇਖਿਆ ਜਿਹਨੂੰ ਮਰਜ਼ੀ ਤੁਸੀਂ ਬੁਲਾ ਲਓ ਹੱਸ ਕੇ ਬੁਲਾ ਕੇ ਜਾਂਦੇ ਇੰਗਲੈਂਡ ਇਹ ਚੀਜ਼ ਹੈ ਨਹੀਂ ਜਰਮਨ ਚ ਇੱਦਾਂ ਹੀ ਆ ਤਕਰੀਬਨ ਸਪੇਨ ਵੀ ਇੱਦਾਂ ਹੀ ਆ ਸਪੇਨ ਵੀ ਤੁਸੀਂ ਜਿਹਨੂੰ ਮਰਜ਼ੀ ਬੁਲਾ ਲਓ ਹੱਸ ਕੇ ਬੁਲਾ ਕੇ ਜਾਊਗਾ ਇੰਗਲੈਂਡ ਨਹੀਂ ਇੱਦਾਂ ਹੈਗਾ ਇੰਗਲੈਂਡ ਤਾਂ ਬੰਦੇ ਬਹੁਤ ਫੋਟੋ ਦੇਖੀ ਉੱਥੇ ਤੇ 100 ਸਾਲ ਵੀ ਦੇਖਿਆ ਹਾਂਜੀ ਜਿੱਥੇ ਮਰਜ਼ੀ ਦੇਖ ਲਾ ਕਾਲੇ ਬੰਦੇ ਦਿਖਦੇ ਆ ਕਾਲੇ ਵਾਲਾਂ ਵਾਲੇ ਤੇ ਗੋਰਾ ਤਾਂ ਹੈ ਹੀ ਨੀ ਪਾਕਿਸਤਾਨੀਆਂ
ਉੱਥੇ ਵੀ ਇੱਦਾਂ ਹੀ ਦੇਖ ਲਾ ਜਿੱਥੇ ਤਿੰਨਾਂ ਕੰਟਰੀਆਂ ਦੇ ਬਾਰਡਰ ਆ ਇਕੱਠੇ ਹੀ ਆਖਣ ਸ਼ਹਿਰ ਚ ਹੀ ਹੈਗਾ ਨਾ ਅੱਛਾ ਹੋਲੈਂਡ ਦਾ ਫਾਲਸ ਸ਼ਹਿਰ ਆ ਜਿਹਦੇ ਵਿੱਚ ਤਿੰਨਾਂ ਕੰਟਰੀਆਂ ਦੇ ਇਕੱਠੇ ਹੀ ਬਾਰਡਰ ਆ ਹੈਗਾ ਜੀ ਉਹ ਮੇਨ ਪੁਆਇੰਟ ਜਿੱਥੇ ਅੱਛਾ ਉਹ ਵੱਡਾ ਹਿੱਸਾ ਜਰਮਨ ਦਾ ਅੱਛਾ ਆਹ ਛੋਟਾ ਹਿੱਸਾ ਬੈਲਜੀਅਮ ਤੇ ਉਹ ਹੋਲੈਂਡ ਸਹੀ ਹੈ ਜੀ ਸਹੀ ਹੈ ਸਹੀ ਹੈ ਹੋਲੈਂਡ ਦਾ ਅਤੇ ਇੱਕ ਰੈਸਟੋਰੈਂਟ ਆ ਹਨਾ ਅੱਛਾ ਰੈਸਟੋਰੈਂਟ ਵੀ ਤਿੰਨੇ ਜੀ ਇੱਕ ਬੈਲਜੀਅਮ ਦਾ ਇੱਕ ਜਰਮਨੀ ਦਾ ਅਤੇ ਇੱਕ ਉੱਧਰ ਹੋਲੈਂਡ ਦਾ ਆ ਅਤੇ ਆਹ ਸਾਰੇ ਸਾਈਕਲਾਂ ਵਾਲੇ ਵੀ ਮੈਨੂੰ ਲੱਗਦਾ ਹੋਲੈਂਡ ਦੇ ਹੀ ਲੱਗਦੇ ਆ ਅਤੇ ਆਹ ਹਿੱਸਾ ਹੈਗਾ ਜੀ
ਹਾਲੈਂਡ ਦਾ ਤੇ ਆ ਹੈਗਾ ਜੀ ਬੈਲਜੀਅਮ ਤੇ ਇੱਧਰ ਹੈਗਾ ਇਹ ਵੱਡਾ ਹਿੱਸਾ ਜਰਮਨ ਦਾ ਇਹ ਤਿੰਨਾਂ ਕੰਟਰੀਆਂ ਦੇ ਫਲੈਗ ਆ ਹੈਗਾ ਜੀ ਬੈਲਜੀਅਮ ਤੇ ਨਾਓ ਇਨ ਹਾਲੈਂਡ ਤੇ ਇੱਧਰ ਇਹ ਹੈਗਾ ਜੀ ਪਿੱਛੇ ਜਰਮਨ ਤੇ ਤਿੰਨਾਂ ਕੰਟਰੀਆਂ ਦੇ ਬਾਰਡਰ ਆ ਜਿੱਥੇ ਸਾਰੀ ਦੁਨੀਆ ਦੇਖਣ ਆਉਂਦੇ ਆ ਤੇ ਲੋਕੀ ਫੋਟੋ ਕਰਾਉਣ ਆਉਂਦੇ ਆ ਤੇ ਇਹ ਉਹ ਮੇਨ ਪੁਆਇੰਟ ਆ ਜਿੱਥੇ ਬਾਰਡਰ ਆ ਕੇ ਮੁੱਕਦੇ ਆ ਤੇ ਤਿੰਨੇ ਹੀ ਬਾਰਡਰ ਆ ਤੁਸੀਂ ਦੇਖ ਸਕਦੇ ਆ ਤੇ ਇਹ ਪਿੱਛੇ ਮੇਰੇ ਲੱਗੇ ਆ ਫਲੈਗ ਤੇ ਲਾਸਟ ਇੱਧਰ ਇੱਕ ਬੈਲਜੀਅਮ ਦਾ ਹੋਟਲ ਆ ਤੇ ਉੱਧਰ ਇੱਕ ਜਰਮਨੀ ਦਾ ਤੇ ਉੱਧਰ ਇੱਕ ਹਾਲੈਂਡ ਦਾ ਰੈਸਟੋਰੈਂਟ ਆ ਬੈਲਜੀਅਮ ਤੇ ਇੱਧਰ ਹੈਗਾ ਜੀ ਜਰਮਨ ਕਮਾਲ ਆ ਉਹ ਪਰਲੀ ਸਾਈਡ ਅੱਛਾ ਆਹ ਚੀਜ਼ ਉੱਥੇ ਠੀਕ ਆ ਆਹ ਨਿਸ਼ਾਨ ਇੱਧਰ ਨੂੰ ਆ ਗਿਆ ਠੀਕ ਹੈ ਠੀਕ ਹੈ ਅੱਛਾ ਆਹ ਸਾਰਾ ਇੱਧਰ ਨੂੰ ਹਾਲੈਂਡ ਆ ਤੇ ਉਹ ਉੱਧਰ ਨੂੰ ਬੈਲਜੀਅਮ ਅਤੇ ਪਿੱਛੇ ਜਰਮਨ ਬੈਕ ਸਾਈਡ 'ਤੇ ਇੱਧਰ ਹੈਗਾ ਜੀ ਬੈਲਜੀਅਮ ਅਤੇ ਆਹ ਹੈਗਾ ਹਾਲੈਂਡ ਇੱਕ ਪੈਰ ਮੇਰਾ ਹਾਲੈਂਡ ਦੇ ਵਿੱਚ ਆ ਅਤੇ ਇੱਕ ਪੈਰ ਮੇਰਾ ਬੈਲਜੀਅਮ ਦੇ ਵਿੱਚ ਆ ਅਤੇ ਇਹ ਆ ਜੀ ਇੱਥੋਂ ਦੇ ਬਾਰਡਰ ਆ ਉਹ ਜਰਮਨ ਉਹ ਬੈਕ ਸਾਈਡ 'ਤੇ ਹੈਗਾ ਜਰਮਨ ਸਹੀ ਆ ਜੀ ਅਤੇ ਇਹ ਵਾਲਾ ਪੁਆਇੰਟ ਉੱਪਰ ਵੀ ਤੁਹਾਨੂੰ ਜਾ ਕੇ ਦਿਖਾਉਣਾ ਸੀ ਬਟ ਉੱਪਰ ਹਲੇ ਜਾਣਾ ਹੈਗਾ ਹਲੇ ਤਾਂ ਬੰਦ ਆ ਉਹ ਸਾਹਮਣੇ ਉਹ ਦੇਖ ਸਕਦੇ ਲਾਲ ਦਰਵਾਜ਼ਾ ਹਲੇ ਇਹ ਸਾਰਾ ਬੰਦ ਆ ਅਤੇ ਇੱਥੇ ਦੱਸਦੇ ਕਿ ਇੱਕ ਦੋ ਬੰਦੇ ਨੇ ਉੱਪਰੋਂ ਛਾਲ ਮਾਰਤੀ ਸੀ ਇਸ ਕਰਕੇ ਇਹ ਮਤਲਬ ਉਹ ਕਹਿੰਦੇ ਹੋਣੇ ਵੀ ਅਸੀਂ ਮਰਨ ਲੱਗੇ ਵੀ ਅੱਧੇ ਹੋਰਨ 'ਚ ਮਰੀਏ ਅੱਧੇ ਦੂਏ ਪਾਸੇ ਮਰੀਏ ਨਾ ਇੱਦਾਂ ਦੇ ਕੇ ਸਾਈਕੋ ਟਾਈਪ ਹੋਣੇ ਆ ਅਤੇ ਤਾਂ ਉੱਪਰੋਂ ਉੱਪਰ ਜਾਣਾ ਹਲੇ ਕੀਤਾ ਆ ਬੰਦ ਆਹ ਜਿਹੜਾ ਟਿਕਟ ਕਾਊਂਟਰ ਵੀ ਬੰਦ ਆ ਨਹੀਂ ਤਾਂ ਤੁਹਾਨੂੰ ਉੱਪਰ ਜਾ ਕੇ ਵੀ ਦਿਖਾਉਂਦੇ